ਸਤਿ ਸ਼੍ਰੀ ਅਕਾਲ ਜੀ, ਸਿੱਖ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਨਿਰੁਧ ਨਾਗਪਾਲ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਪੰਜਾਬ। ਆਓ ਮਾਰੀਏ ਨਜ਼ਰ, ਕੀ ਹੈ ਖਾਸ ਖਬਰ। ਪੁਲਿਸ ਵਿਭਾਗ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਜਦੋਂ ਪੁਲਿਸ ਦੇ 3 ਜਰਨਲ ਬੁਰੀ ਤਰ੍ਹਾਂ ਫਸ ਗਏ ਨੇ। DGP ਸੁਰੇਸ਼ ਅਰੋੜਾ, ਦਿਨਕਰ ਗੁਪਤਾ ਅਤੇ ਸਿਧਾਰਥ ਚਤੋਪਾਧਿਆ, ਇਹਨਾਂ 'ਤੇ ਗੰਭੀਰ ਇਲਜ਼ਾਮ ਨੇ ਨਸ਼ਾ ਤਸਕਰ ਅਤੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ ਦੇ। ਦੱਸ ਦਈਏ ਕਿ ਪੰਜਾਬ ਦੇ 3 DGP ਸੁਰੇਸ਼ ਅਰੋੜਾ, ਦਿਨਕਰ ਗੁਪਤਾ ਅਤੇ ਸਿਧਾਰਥ ਚਤੋਪਾਧਿਆ, ਇਹਨਾਂ 'ਤੇ ਭ੍ਰਿਸ਼ਟਾਚਾਰ ਅਤੇ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼ ਨੇ, ਜਿਸ ਦੀਆਂ ਰਿਪੋਰਟਾਂ ਕੱਲ੍ਹ ਮਤਲਬ 25 ਜੁਲਾਈ ਨੂੰ ਅਦਾਲਤ ਵਿੱਚ ਖੋਲ੍ਹੀਆਂ ਜਾਣਗੀਆਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਰਿਪੋਰਟਾਂ ਸਪੈਸ਼ਲ ਟਾਸਕ ਫੋਰਸ ਵੱਲੋਂ ਸੀਲ ਕਰਕੇ ਪੇਸ਼ ਕੀਤੀ ਜਾ ਚੁੱਕੀਆਂ ਨੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ 11 ਡਾਇਰੈਕਟਰ ਜਨਰਲ ਨੇ, ਜਿਨ੍ਹਾਂ ਵਿੱਚ 3 ਸੀਨੀਅਰ ਅਫਸਰਾਂ ਦੀ ਜਾਨ ਕੜੱਕੀ ਵਿੱਚ ਆ ਚੁੱਕੀ ਹੈ। DGP ਸੁਰੇਸ਼ ਅਰੋੜਾ, ਦਿਨਕਰ ਗੁਪਤਾ ਬਾਰੇ ਜਾਂਚ ਰਿਪੋਰਟ ਗ੍ਰਹਿ ਵਿਭਾਗ ਵੱਲੋਂ ਤਿਆਰ ਕਰਕੇ ਹਾਈ ਕੋਰਟ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ। ਇਹ ਬੰਦ ਲਿਫਾਫਾ 25 ਜੁਲਾਈ ਨੂੰ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ DGP ਸਿਧਾਰਥ ਚਤੋਪਾਧਿਆ ਦੀ ਉਹ ਰਿਪੋਰਟ ਵੀ ਹਾਈ ਕੋਰਟ ਵਿੱਚ ਖੋਲ੍ਹੀ ਜਾਵੇਗੀ, ਜਿਸ ਵਿੱਚ ਇਹਨਾਂ ਨੇ ਮੋਗਾ ਦੇ ਸਾਬਕਾ SSP ਰਾਜਜੀਤ ਸਿੰਘ ਅਤੇ ਨਸ਼ੇ ਦਾ ਤਸਕਰ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਬਚਾਉਣ ਦਾ ਦੋਸ਼ ਲੱਗਿਆ ਹੈ। SSP ਰਾਜਜੀਤ ਸਿੰਘ 'ਤੇ ਵਿਜੀਲੈਂਸ 7 ਘੰਟੇ ਪੁੱਛਗਿੱਛ ਕਰ ਚੁੱਕੀ ਹੈ, ਪਰ ਹਾਲੇ ਤੱਕ ਕੁਝ ਸਾਹਮਣੇ ਨਹੀਂ ਆਇਆ। ਇੱਕ ਪੰਜਾਬੀ TV ਚੈਨਲ ਰਾਜਜੀਤ ਸਿੰਘ ਨੂੰ ਤੱਥਾਂ ਦੇ ਆਧਾਰ 'ਤੇ ਕਲੀਨ ਚਿੱਟ ਵੀ ਦੇ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਨਸ਼ੇ ਦੇ ਦੋਸ਼ ਵਿੱਚ ਪਿਛਲੇ 3 ਸਾਲ ਦੌਰਾਨ 100 ਤੋਂ ਵੱਧ ਪੁਲਿਸ ਮੁਲਾਜ਼ਮ ਮੁਕਤਲ ਕੀਤੇ ਜਾ ਚੁੱਕੇ ਨੇ। ਨਵੀਂ ਸਰਕਾਰ ਨੇ 3 DSP, 3 ਇੰਸਪੈਕਟਰ ਅਤੇ 10 ਹੋਰ ਪੁਲਿਸ ਮੁਲਾਜ਼ਮਾਂ ਨੂੰ ਨਸ਼ੇ ਦੇ ਦੋਸ਼ ਵਿੱਚ ਘਰ ਤੋਰ ਦਿੱਤਾ ਹੈ। ਇਹਨਾਂ ਵਿੱਚ ਸਬ ਇੰਸਪੈਕਟਰ ਤੋਂ ਲੈ ਕੇ ਸਿਪਾਹੀ ਤੱਕ ਸ਼ਾਮਲ ਨੇ। ਸੂਬੇ ਦੀ ਕਾਂਗਰਸ ਸਰਕਾਰ ਹੁਣ ਸਰਪੰਚੀ ਰਾਖਵੇ ਕਰਨ ਦੇ ਨਿਯਮਾਂ ਨੂੰ ਤਬਦੀਲ ਕਰਨ ਬਾਰੇ ਸੋਚ ਰਹੀ ਹੈ। 10 ਸਾਲਾਂ ਬਾਅਦ ਸੱਤਾ ਦੇ ਘੋੜੇ 'ਤੇ ਸਵਾਰ ਹੋਈ ਕਾਂਗਰਸ ਸਰਕਾਰ ਹੁਣ ਸਰਪੰਚੀ ਨੂੰ ਆਪਣੀ ਮਨਮਰਜ਼ੀ ਦੇ ਨਾਲ ਰਿਜ਼ਰਵ ਕਰਨ ਬਾਰੇ ਸੋਚ ਰਹੀ ਹੈ। ਸੂਤਰਾਂ ਅਨੁਸਾਰ ਇਹ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ 15 ਸਾਲ ਪਹਿਲਾਂ ਆਪਣੇ ਵੱਲੋਂ ਬਣਾਏ ਨਿਯਮਾਂ ਨੂੰ ਲਾਗੂ ਕਰਨ ਲਈ ਮੁੜ ਯਤਨ ਕਰ ਰਹੀ ਹੈ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਹ ਦੱਸਿਆ ਕਿ ਪਿੰਡਾਂ 'ਚ ਪੰਚਾਇਤੀ ਦੇ ਰਾਖਵੇ ਕਰਨ ਦਾ ਕੰਮ ਜਲਦੀ ਨਿਬੇੜ ਦਿੱਤਾ ਜਾਵੇਗਾ, ਹਾਲਾਂਕਿ ਉਹਨਾਂ ਨੇ ਇਸ ਦੇ ਨਿਯਮਾਂ ਨੂੰ ਤਬਦੀਲ ਕਰਨ ਸੰਬੰਧੀ ਕੁਝ ਨਹੀਂ ਕਿਹਾ। ਹੁਣ ਆਮ ਆਦਮੀ ਪਾਰਟੀ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਪੰਚਾਇਤੀ ਚੋਣਾਂ ਵਿੱਚ ਹਿੱਸਾ ਲਵੇਗੀ। ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 13 ਅਗਸਤ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਰੂਪ ਦਾ ਐਲਾਨ ਕਰਕੇ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣਗੇ। ਪੰਜਾਬ ਲਈ ਨਵੇਂ ਪ੍ਰਧਾਨਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ 1-2 ਵਿਧਾਇਕ ਪ੍ਰਧਾਨਗੀ ਲੈਣ ਲਈ ਚਾਹਵਾਨ ਨੇ। ਕੈਨੇਡਾ ਤੋਂ ਵਾਪਸ ਮੋੜੇ ਗਏ ਆਪ ਵਿਧਾਇਕਾਂ ਨੇ ਦੱਸੀ ਆਪ ਬੀਤੀ। ਕੈਨੇਡਾ ਤੋਂ ਬੇਰੰਗ ਮੋੜੇ ਗਏ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾ ਅਤੇ ਅਮਰਜੀਤ ਸਿੰਘ ਸੰਧੂਆ, ਉਹਨਾਂ ਨੇ ਦੱਸਿਆ ਕਿ ਕਿਸੇ ਕੇਸ ਜਾਂ ਸ਼ਿਕਾਇਤ ਕਾਰਨ ਹਵਾਈ ਅੱਡੇ ਤੋਂ ਵਾਪਸ ਨਹੀਂ ਭੇਜਿਆ ਗਿਆ, ਸਗੋਂ ਆਪਣੀ ਯਾਤਰਾ ਦਾ ਪ੍ਰੋਗਰਾਮ ਨਾ ਦੱਸਣ ਕਾਰਨ ਕੈਨੇਡਾ ਵਿੱਚ ਦਾਖਲ ਹੋਣ ਨਹੀਂ ਦਿੱਤਾ ਗਿਆ। ਉਹਨਾਂ ਦਾ ਦੌਰਾ ਨਿੱਜੀ ਹੈ ਜਾਂ ਸਿਆਸੀ, ਇਹ ਪਤਾ ਨਾ ਹੋਣ ਕਾਰਨ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਅਪਰਾਧੀ ਦਿਲਪ੍ਰੀਤ ਬਾਬਾ ਨਾਲ ਜੁੜਿਆ 2 ਹੋਰ ਪੰਜਾਬੀ ਗਾਇਕਾਂ ਦਾ ਨਾਮ। ਅਪਰਾਧੀ ਦਿਲਪ੍ਰੀਤ ਬਾਬਾ ਕੋਲੋਂ ਪਿਛਲੇ 7 ਦਿਨਾਂ ਤੋਂ SSP ਕੁਲਦੀਪ ਸਿੰਘ ਚਾਹਲ ਕਈ ਘੰਟੇ ਪੁੱਛਗਿੱਛ ਕਰ ਰਹੇ ਹਨ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਦਿਲਪ੍ਰੀਤ ਬਾਬਾ ਨੇ ਪੁਲਿਸ ਨੂੰ ਦੱਸਿਆ ਕਿ 2 ਪੰਜਾਬੀ ਗਾਇਕ ਵੀ ਉਸ ਦੇ ਸਾਥੀ ਹਨ। ਉਸ ਨੇ ਇਹ ਵੀ ਦੱਸਿਆ ਕਿ ਉਹ ਉਹਨਾਂ ਲਈ ਕੰਮ ਕਰਦਾ ਸੀ। ਇਹ ਦੋਵੇਂ ਗਾਇਕ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਆ ਚੁੱਕੇ ਨੇ। ਪੁਲਿਸ ਜਲਦ ਹੀ ਇਹਨਾਂ ਗਾਇਕਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਮਨ ਜਾਰੀ ਕਰੇਗੀ। ਕਾਲੇ ਧਨ ਦੀਆਂ ਰਿਪੋਰਟਾਂ ਸਾਂਝੇ ਕਰਨ 'ਤੇ ਵਿੱਤ ਮੰਤਰਾਲੇ ਨੇ ਕੀਤਾ ਇਨਕਾਰ। ਵਿੱਤ ਮੰਤਰਾਲੇ ਨੇ ਕਾਲੇ ਧਨ ਨੂੰ ਲੈ ਕੇ ਤਿਆਰ 3 ਰਿਪੋਰਟਾਂ ਨੂੰ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਇਹਨਾਂ ਰਿਪੋਰਟਾਂ ਦਾ ਪ੍ਰਗਟਾਵਾ ਕਰਨਾ ਸੰਸਦ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਹੋਵੇਗੀ। RTI ਦੀ ਧਾਰਾ 8 ਅਨੁਸਾਰ ਉਹਨਾਂ ਸੂਚਨਾਵਾਂ ਦਾ ਪ੍ਰਗਟਾਵਾ ਕਰਨ 'ਤੇ ਰੋਕ ਹੈ। ਅਮਰੀਕੀ ਖੋਜ ਸੰਸਥਾ ਗਲੋਬਲ ਫਾਈਨੈਂਸ਼ੀਅਲ ਇੰਟੀਗ੍ਰਿਟੀ ਦੇ ਇੱਕ ਸਰਵੇ ਅਨੁਸਾਰ 2005 ਤੋਂ 2014 ਦੌਰਾਨ ਭਾਰਤ ਵਿੱਚ ਅੰਦਾਜ਼ਨ 770 ਅਰਬ ਡਾਲਰ ਦਾ ਕਾਲਾ ਧਨ ਆਇਆ ਹੈ। ਇਸ ਸਮੇਂ ਦੌਰਾਨ ਇੱਥੇ $165 ਦਾ ਕਾਲਾ ਧਨ ਬਾਹਰ ਗਿਆ ਹੈ। 47 ਦੀ ਵੰਡ ਦੇ ਸਮੇਂ ਭਾਵੇਂ ਦੋ ਦੇਸ਼ ਬਣਾਏ ਗਏ ਸੀ, ਪਰ ਸਿੱਖ ਕੌਮ ਦੀਆਂ ਕੁਛ ਇਤਿਹਾਸਿਕ ਯਾਦਗਾਰਾਂ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਈਆਂ ਸੀ। ਅੱਜ ਗੱਲ ਕਰਨ ਲੱਗਿਆਂ ਉਸ ਇਤਿਹਾਸਿਕ ਸਥਾਨ ਦੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਖੀਰਲੇ 18 ਸਾਲ ਗੁਜ਼ਾਰੇ ਸੀ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਅੱਜ ਸਿੱਖ TV ਤੁਹਾਨੂੰ ਲੈ ਕੇ ਜਾ ਰਿਹਾ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਖੀਰਲੇ 18 ਸਾਲ ਗੁਜ਼ਾਰੇ ਸਨ। ਇਹ ਗੁਰਦੁਆਰਾ ਸਾਹਿਬ ਲਹਿੰਦੇ ਪੰਜਾਬ ਦੇ ਕਰਤਾਰਪੁਰ ਵਿਖੇ ਪੈਂਦਾ ਹੈ। ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਸਿਰਫ 6 ਕਿਲੋਮੀਟਰ ਦੀ ਦੂਰੀ 'ਤੇ ਹੈ। ਅੱਜ ਵੀ ਬਾਰਡਰ ਦੇ ਉਸ ਪਾਰ ਤੋਂ ਜਿੱਥੇ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ, ਉੱਥੇ ਡੇਰਾ ਬਾਬਾ ਨਾਨਕ ਵਿੱਚ ਸੁਣਿਆ ਜਾ ਸਕਦਾ ਹੈ। ਪਰ ਸਿਆਸਤਦਾਨਾਂ ਦੀ ਖਿੱਚੀ ਲਕੀਰ ਕਰਕੇ ਨਾ ਤਾਂ ਇੱਥੋਂ ਦਾ ਬੰਦਾ ਉੱਥੇ ਜਾ ਸਕਦਾ ਹੈ ਅਤੇ ਨਾ ਹੀ ਉੱਥੋਂ ਦਾ ਬੰਦਾ ਇੱਥੇ ਆ ਸਕਦਾ ਹੈ। ਇਹ ਗੁਰਦੁਆਰਾ ਸਾਹਿਬ ਰਾਵੀ ਦੇ ਕੰਢੇ 'ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਅੱਜ ਵੀ ਕਾਇਮ ਹੈ। ਇਹ ਗੁਰਦੁਆਰਾ ਸਾਹਿਬ ਦੀ ਸੇਵਾ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਵੰਡ ਤੋਂ ਪਹਿਲਾਂ ਕਰਵਾਈ ਸੀ। ਵੰਡ ਤੋਂ ਕਰੀਬ 53 ਸਾਲ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨ ਨਾਲ ਇਹ ਗੁਰਦੁਆਰਾ ਸਾਹਿਬ ਫਿਰ ਤੋਂ ਖੋਲ੍ਹ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਆਪਣੇ ਅਖੀਰਲੇ 18 ਸਾਲ ਇੱਥੇ ਹੀ ਰਹੇ ਸਨ ਅਤੇ ਆਪਣੇ ਹੱਥੀਂ ਖੇਤੀ ਕਰਦੇ, ਨਾਮ ਜਪਦੇ ਅਤੇ ਵੰਡ ਛਕਦੇ। ਅੱਜ ਵੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆ ਕੇ ਆਪਣੇ ਝੋਲੀਆਂ ਭਰਦੇ ਨੇ। ਤੁਸੀਂ ਦੇਖਦੇ ਰਹੋ ਸਿੱਖ TV। ਸਤਿ ਸ਼੍ਰੀ ਅਕਾਲ।